हाँ जी। तो दोस्तों किवें हो सारे? हाँ जी दोस्तों, ये जो तुसी सामने देख रहे हो एक क्रॉस ओवर ते बीटी है। ते मान के चलो भी जो स्टीरियो आपा कई बार जो मान के चलो 9240 बोर्ड आउंदे आ, 9240 या कोई स्टीरियो बोर्ड आउंदा, उहनू मोनो सैट बनाउण वास्ते आ क्रॉस ओवर, मतलब आपां यूज़ कर सकदे हांगे। ये जो क्रॉस ओवर अपने खुद ही असैम्बलिंग करी हुई आ, ये क्रॉस ओवर आपां यूज़ कर सकते जिवें 142-47 बोर्ड आउंदा है, 1943-5500 वाला स्टीरियो बोर्ड आउंदा है, उहदे उत्ते आपां ला सकदे हां। ਤੇ ਇਹਦੇ ਨਾਲ ਮੋਨੋ ਬੀਟੀ ਲਾਉਣੀ ਜ਼ਰੂਰੀ ਹੁੰਦੀ ਹੈ। ਮੰਨ ਕੇ ਚੱਲੋ ਵੀ ਆ ਜੋ ਮੋਨੋ ਬੀਟੀ ਪਈ ਹੈ ਨਾ 3 ਟੋਨ ਵਾਲੀ, ਇਹ ਮੋਨੋ ਬੀਟੀ ਦੇ ਵਿੱਚ 73 IC ਲੱਗ ਕੇ, ਅਤੇ ਆ ਜਿਹੜੀ ਆਉਟਪੁੱਟ ਆ ਗੇਨ ਵਗੈਰਾ ਉਹ ਸਿਰਫ 73-77 ਦੇ ਵਿੱਚ ਕੰਪੈਰੀਜ਼ਨ ਹੋ ਕੇ ਜਾਂਦੀ ਹੈਗੀ। ਅਤੇ ਮੰਨ ਕੇ ਚੱਲੋ ਵੀ ਇਹਦੀ ਆਪਾਂ ਜੋ ਕਰ ਸਕਦੇ ਹਾਂ, ਇਹਦੀ ਕਲੀਅਰਟੀ ਜ਼ਿਆਦਾ ਹੁੰਦੀ ਹੈ, ਇਹ ਮੋਨੋ ਆ ਗਿਆ ਨਾ, ਅਤੇ ਮੋਨੋ ਇਹਦੇ ਵਿੱਚ 45-56, 3-45-56 ਲੱਗੇ ਵੀ ਨੇ, ਅਤੇ ਬਾਕੀ ਰਿਜੈਂਡੈਂਸਾਂ ਹੋ ਗਈਆਂ। ਅਤੇ ਇਹਦਾ ਜੋ ਕੰਮ ਹੈ ਦੋਸਤੋ, ਜੋ ਵੋਲੀਊਮ ਆ ਬਿਲਕੁਲ ਮਿਊਟ ਕਰ ਦਿੰਦਾ ਇਹ, ਸਿਰਫ ਬੇਸ, ਸਬ ਵੂਫਰ ਦੀ ਬੇਸ ਹੋਊ ਬਿਲਕੁਲ ਇਕੱਲੀ ਬੇਸ, ਗੂੰਜ ਮਤਲਬ ਮੰਨ ਕੇ ਚੱਲੇ ਜੋ ਗੂੰਜ। ਅਤੇ ਆਪਾਂ ਇਹਦੇ ਉੱਤੇ ਵੀ ਅਟੈਚ ਕਰਕੇ ਇਹਨੂੰ ਆਪਾਂ ਨੂੰ ਬੀਟੀ ਨਾਲ ਲਾਉਣੀ ਪੈਣੀ ਹੈ, ਜਿੱਦਾਂ ਜਿੱਦਾਂ ਕਿ ਸਿੰਪਲ ਬੋਰਡ ਮਾਰਕੀਟ ਦੇ ਵਿੱਚ ਆਉਂਦੇ ਨੇ ਮੋਨੋ, ਮਤਲਬ ਸਟੀਰੀਓ ਬੋਰਡ ਆਉਂਦੇ ਆ ਜੋ 10 ਇੰਚੀ ਕਿੱਟ ਵਾਲਾ ਆਉਂਦਾ ਗਾ, ਚਲੋ ਵੀ ਮੰਨ ਕੇ ਚੱਲੋ ਵੀ ਹੀਟਿੰਗ ਤਾਂ ਬਹੁਤ ਜ਼ਿਆਦਾ ਹੋ ਜਾਂਦੀ ਹੈਗੀ, ਪਰ ਆਪਾਂ ਯੂਜ਼ ਕਰ ਸਕਦੇ ਹਾਂ ਇਹਦਾ ਵੀ। ਕਈ ਵਾਰ ਆਪਾਂ ਜੋ ਐਂਪਲੀਫਾਇਰ ਮੰਨ ਕੇ ਵੀ ਚੱਲੋ ਵੀ ਆਪਾਂ ਕਾਰ ਵਾਲਾ ਜੋ ਐਂਪਲੀਫਾਇਰ ਲਾਉਣਾ ਗਾ, ਕਾਰ ਵਾਲਾ ਐਂਪਲੀਫਾਇਰ ਲਾ ਕੇ, ਪਰ ਦਿੱਕਤ ਇਹ ਆਉਂਦੀ ਹੈ ਵੀ ਇਹ 15015 'ਤੇ ਓਪਰੇਟ ਹੁੰਦਾ, ਜੋ ਇਹ ਕ੍ਰੋਸ ਓਵਰ ਹੈ 15015 'ਤੇ ਓਪਰੇਟ ਹੁੰਦਾ ਗਾ, ਤੁਸੀਂ ਦੇਖ ਸਕਦੇ ਹੋ। ਕਿਉਂਕਿ 45-56 ਜੋ IC ਹੈ, ਜੋ ਦੁਕਾਨਦਾਰ ਮੇਰੇ ਵੀਰ ਵੀਡੀਓ ਦੇਖਦੇ ਹੋਣਗੇ ਉਹਨਾਂ ਦਾ ਪਤਾ ਹੋਣਾ ਵੀ ਇਹ 15015 'ਤੇ ਓਪਰੇਟ ਹੁੰਦਾ, 45-56, ਅਤੇ ਉਹਦੇ ਕਰਕੇ ਦਿੱਕਤ ਆ ਜਾਂਦੀ। ਆਪਾਂ ਜੇ ਕਾਰ ਵਿੱਚ ਲਾਉਣਾ ਤਾਂ ਆਪਾਂ ਨੂੰ ਜੋ ਪਲੇਅਰ ਦੀ ਜੋ ਪਲੇਅਰ ਆ, ਮਤਲਬ ਮੰਨ ਕੇ ਚੱਲੋ ਵੀ ਆਪਾਂ ਨੂੰ ਕੇਟਾ, ਉਹ 35-35 ਜਾਂ 40-40 'ਤੇ ਓਪਰੇਟ ਹੋਣ ਵਾਲੀ ਆਪਾਂ ਨੂੰ ਫਿਰ ਰੇਟ ਦੇ ਉੱਤੇ ਲਾਉਣੀ ਪਊਗੀ, ਉਹਦੇ ਉੱਤੇ 15 ਵੋਲਟੇਜ ਫਿਰ ਆਪਾਂ ਨੂੰ ਬਣਾ ਕੇ ਲਾਉਣੇ ਪੈਣਗੇ। ਅਤੇ ਦੂਜੀ ਗੱਲ ਇਹ ਆ ਦੋਸਤੋ ਵੀ ਇਹ ਬਣਾਇਆ ਆਪਾਂ ਤਾਂ ਸੀ, ਜ਼ਿਆਦਾਤਰ ਆਪਾਂ ਨਾ ਜੋ ਮੰਨ ਕੇ ਚੱਲੋ ਵੀ ਸਟੀਰੀਓ ਕਿੱਟਾਂ ਨੇ, ਪਹਿਲਾਂ ਸਟੀਰੀਓ ਕਿੱਟਾਂ ਹੁੰਦੀਆਂ ਸੀ, ਮੋਨੋ ਚਲੋ ਹੁਣ ਬਣ ਗਈ, ਜੋ ਸਟੀਰੀਓ ਕਿੱਟ ਹੈ ਅਤੇ ਉਹ ਲੱਗ ਕੇ ਇਹ ਮੋਨੋ ਬਣ ਜਾਂਦੀ ਹੈ, ਮੋਨੋ ਕਿੱਟ ਬਣ ਜਾਂਦੀ ਆ, ਮੋਨੋ ਕਿੱਟ ਬਣ ਜਾਂਦੀ ਹੈਗੀ ਲੱਗ ਕੇ ਇਹ। ਅਤੇ ਬਾਕੀ ਜੋ ਮੰਨ ਕੇ ਚੱਲੋ ਵੀ ਜੇ ਆਪਾਂ ਕ੍ਰੋਸ ਓਵਰ ਹਟਾ ਦਈਏ, ਜਿਵੇਂ ਕਿ ਆਪਣੇ ਆ ਚਲੋ ਆਹੀ ਲਾ ਲਓ, ਆਹੀ ਬੋਰਡ ਲਾ ਲਓ, ਆਹ ਦੇਖੋ ਜੋ ਕ੍ਰੋਸ ਓਵਰ ਹੈ ਇਹ, ਆਹੀ ਕ੍ਰੋਸ ਓਵਰ ਹੈ, ਦੇਖ ਲਓ ਸੇਮ ਕ੍ਰੋਸ ਓਵਰ ਹੈ, ਆਪਣੀ ਕਿੱਟ ਚੋਂ ਕੱਢਿਆ ਵਾ ਕ੍ਰੋਸ ਓਵਰ ਆਪਣਾ ਇਹ। ਅਤੇ ਜੋ ਕ੍ਰੋਸ ਓਵਰ ਹੈ ਮੰਨ ਕੇ ਚੱਲੋ ਵੀ ਇਹ ਇਨਪੁੱਟ ਸਾਈਡ ਆ ਗਈ, ਇਨਪੁੱਟ ਸਾਈਡ ਜੇ ਆਪਾਂ ਕੈਪੀਸੀਟਰ ਕੱਢ ਦਾਂਗੇ ਅਤੇ ਇਹ ਵੀ ਸਟੀਰੀਓ ਹੀ ਬਣ ਜੂਗਾ, ਆਪਾਂ ਆਵਾਜ਼ ਲੈ ਸਕਦੇ ਹਾਂ ਆਹ ਸਰਕਟ ਤੋਂ, ਸਪੀਕਰਾਂ ਦੀ ਆਹ ਚੀਜ਼ ਛੱਡ ਦਿਉ ਇਹਦੀ ਇਕੱਲੀ, ਅਤੇ ਆਪਾਂ ਆਹ ਸਰਕਟ ਤੋਂ ਆਵਾਜ਼ ਲੈ ਸਕਦੇ ਹਾਂ, ਇਹ 10 ਇੰਚੀ 12 ਇੰਚ ਸਪੀਕਰ ਵੀ ਚਲਾ ਸਕਦਾ ਆਰਾਮ ਨਾਲ, ਕੋਈ ਦਿੱਕਤ ਨਹੀਂ, 10 ਇੰਚੀ 12 ਇੰਚ ਸਪੀਕਰ ਪੂਰੇ ਵਧੀਆ ਚਲਾਊਗਾ। ਅਤੇ ਮੇਨ ਗੱਲ ਵੀ ਸਾਰਾ ਕਮਾਲ ਹੁੰਦਾ ਜੋ ਕ੍ਰੋਸ ਓਵਰ ਦਿੰਦਾ, ਅੱਗੇ ਮੈਂ ਤੁਹਾਨੂੰ ਕਹਿਣਾ ਵੀ ਮੌਸਫਟ ਵਧਾਉਣ ਨਾਲ ਕੁਛ ਨਹੀਂ ਹੁੰਦਾ ਹੁੰਦਾ, ਅਗਲੀ ਵੀਡੀਓ 'ਚ ਆਪਾਂ ਪਿਛਲੀ ਵੀਡੀਓ 'ਚ ਮੰਨ ਕੇ ਚੱਲੋ ਵੀ ਆਪਾਂ ਦੱਸਿਆ ਹੈਗਾ ਵੀ ਮੌਸਫਟ ਵਧਾਉਣ ਨਾਲ ਕੁਛ ਨਹੀਂ ਹੁੰਦਾ ਹੁੰਦਾ, ਵੀ ਕ੍ਰੋਸ ਓਵਰ ਦੇ ਸਾਰੀ ਗੱਲ ਹੁੰਦੀ ਹੈ। ਅਤੇ ਕ੍ਰੋਸ ਓਵਰ ਹੈ ਦੋਸਤੋ, ਇਹਨੂੰ ਕ੍ਰੋਸ ਓਵਰ ਕਹਿੰਦੇ ਨੇ, ਅਤੇ ਇਹਨੀ ਬੇਸ ਦੀ ਕੁਆਲਿਟੀ ਦੇਣੀ ਹੈ, ਇਹਨੀ ਬੇਸ ਗਾਹਾਂ ਗੇਨ ਆਊਟਪੁੱਟ ਇਨਪੁੱਟ ਇਹਨੀ ਦੇਣੀ ਆ। ਅਤੇ ਬਾਕੀ ਦੋਸਤੋ ਜੋ ਜੋ ਦੋਸਤ ਚੈਨਲ 'ਤੇ ਨਵੇਂ ਨੇ, ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈਲ ਐਂਡ ਨੋਟੀਫਿਕੇਸ਼ਨ ਕਰ ਲਓ ਆਉਣ, ਕਿਉਂਕਿ ਤੁਹਾਡੇ ਰੇਟ ਘੈਂਟ ਘੈਂਟ ਵੀਡੀਓ ਲੈ ਕੇ ਆਉਂਦੇ ਰਹਿੰਦੇ ਹਾਂ। ਅਤੇ ਤੁਹਾਨੂੰ ਇੱਕ SMD ਸਰਕਟ ਦਿਖਾਉਂਦੇ ਹਾਂ, SMD 'ਚ ਆ ਗਿਆ, ਅਤੇ ਇਹ ਵੀ ਦੋਸਤੋ ਕਈ ਜੋ ਦੁਕਾਨਦਾਰ ਕੰਮ ਕਰਦੇ ਉਹਨਾਂ ਨੂੰ ਪਤਾ ਗਾ, ਕਈਆਂ ਨੂੰ ਨਹੀਂ ਪਤਾ ਲੱਗਦਾ, ਆਹ ਜੋ IC ਲੱਗੇ ਹੋਏ ਨੇ 45-56 IC ਨੇ, ਜੋ ਆਹ ਲੱਗੇ ਹੋਏ ਨੇ ਤਿੰਨੇ, ਇਹ 45-56 IC ਨੇ, ਜੋ ਆਹ ਲੱਗੇ ਹੋਏ ਰਿਜੈਂਡੈਂਸਾਂ ਨੇ, SMD ਸਰਕਟ ਮਾਰਕ ਲੱਗਿਆ ਹੋਇਆ। ਪਰ ਦਿੱਕਤ ਇਹ ਆ ਦੋਸਤੋ, ਜਦੋਂ ਇਹਦਾ ਵੀ IC ਵਗੈਰਾ ਖਰਾਬ ਹੁੰਦਾ, ਜੋ ਰਿਪੇਅਰ ਆ ਬਹੁਤ ਗੰਦੀ ਹੋ ਜਾਂਦੀ ਹੈ ਇਹਦੀ, ਅਤੇ ਕਈ ਦੋਸਤ ਹੁੰਦੇ ਇਹਦੇ ਉੱਤੇ ਸਮਾਨ ਕਾਫੀ ਲਾ ਆਉਂਦੇ ਆ, ਸੀਮੈਂਟ ਵਗੈਰਾ, ਜਾਲਾ ਟਾਈਟ ਵਗੈਰਾ ਲਾ ਕੇ ਫਿਕਸ ਕਰ ਦਿੰਦੇ ਆ, ਇਹ ਰਿਪੇਅਰ ਨਹੀਂ ਹੁੰਦਾ। ਅਤੇ ਮੇਰਾ ਦੋਸਤ ਇੰਨੀ ਗੱਲ ਦਾ ਧਿਆਨ ਰੱਖਿਆ ਕਰੋ, ਕੰਪੋਨੈਂਟ ਦੋਸਤੋ ਮਿਟਾਉਣੇ ਹੁੰਦੇ ਆ ਮਿਟਾ ਦਿਆ ਕਰੋ, ਕੋਈ ਗੱਲ ਨਹੀਂ, ਪਰ ਇੱਦਾਂ ਨਾ ਸਾਰਾ ਨਾ ਯਾਰ ਕਵਰ ਕਰਿਆ, ਕਿਉਂਕਿ ਕਿ ਜੋ ਟਰੈਕਟਰ ਪਲੇਅਰ ਹੁੰਦੇ ਆ ਨਹੀਂ ਪਤਾ ਕਿੱਥੇ ਤੱਕ ਪਹੁੰਚ ਜਾਣ, ਅੱਗੇ ਤੋਂ ਅੱਗੇ ਹੀ ਪਹੁੰਚ ਜਾਂਦੇ, ਕਈ ਵਾਰ ਰਿਪੇਅਰ ਨਹੀਂ ਹੁੰਦੇ ਦੋਸਤੋ, ਪੈਸੇ ਲੱਗੇ ਕਸਟਮਰ ਦੇ ਖਰਾਬ ਹੋ ਜਾਂਦੇ ਨੇ। ਅਤੇ ਬਾਕੀ ਦੋਸਤੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ, ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ, ਮੇਰਾ ਦੋਸਤ ਤੁਹਾਡੇ ਰਿਲੇਟਡ ਘੈਂਟ ਘੈਂਟ ਵੀਡੀਓ ਆਪਾਂ ਲੈ ਕੇ ਰਹਿੰਦੇ ਹਾਂ। ਅਤੇ ਦੋਸਤੋ ਮਿਲਦੇ ਆਪਾਂ ਅਗਲੀ ਵੀਡੀਓ 'ਚ, ਤਦ ਤੱਕ ਬਣੇ ਰਹੋ ਆਪਣੇ ਮਿਊਜ਼ਿਕ ਕਿੰਗ 9500 ਚੈਨਲ 'ਤੇ। ਓਕੇ ਦੋਸਤੋ, ਵੀਡੀਓ ਦੇਖਣ ਵਾਲੇ ਵੀਰਾਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਜੀ।